ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਜਿਹੜੇ ਪਿਛਲੇ ਸਮੇਂ 'ਚ ਬਹੁਤ ਸਾਰੇ ਸਾਡੇ ਸਿੱਖ ਜਿਹੜੀ ਡੇਰਿਆਂ ਨਾਲ ਜੁੜੇ ਸੀ ਖਾਸ ਤੌਰ 'ਤੇ ਸਰਸਾ ਜਿਹੜੇ ਡੇਰੇ ਨਾਲ ਜੁੜੇ ਸੀ ਅਤੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਉਹ ਸਾਰੇ ਡੇਰਾਵਾਦ ਛੱਡ ਕੇ ਔਰ ਗੁਰੂ ਦੇ ਨਾਲ ਜੁੜਨ ਸਿੱਖ ਸਿਧਾਂਤ ਦੇ ਜਾਣ ਜੁੜਨ ਗੁਰਮਤਿ ਨਾਲ ਜੁੜਨ ਬਾਣੀ ਔਰ ਬਾਣੀ ਦੇ ਧਾਰਨੀ ਹੋਣ ਇਹਦੇ ਲਈ ਖਾਸ ਤੌਰ 'ਤੇ ਅਸੀਂ ਇੱਕ ਜਿਹੜੀ ਆ ਲਹਿਰ ਚਲਾਵਾਂਗੇ ਤਾਂ ਕਿ ਵੱਡੀ ਪੱਧਰ 'ਤੇ ਜਿਹੜੇ ਡੇਰਾਵਾਦ ਤੋਂ ਵੱਖ ਹੋ ਕੇ ਜਿਹੜੇ ਇਹ ਸੰਗਤ ਹੈ ਉਹ ਗੁਰੂ ਘਰ ਦੇ ਨਾਲ ਜੁੜੇ ਗੁਰਬਾਣੀ ਦੇ ਨਾਲ ਜੁੜੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣਾ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਔਰ ਉਹ ਕਿਰਤ ਕਰਨ ਔਰ ਚੰਗੇ ਕੰਮਾਂ ਵੱਲ ਜੁੜਨ ਇਹ ਕੋਈ ਜਿਹੜੇ ਖੁਦਕੁਸ਼ੀਆਂ ਨੇ ਇਹ ਕੋਈ ਸਾਡੀ ਸਮੱਸਿਆ ਦਾ ਹੱਲ ਨਹੀਂ ਹੈ ਹਰ ਸਮੱਸਿਆ ਦੇ ਨਾਲ ਜੂਝ ਹਰ ਮਨੁੱਖ ਨੂੰ ਜੂਝਣਾ ਚਾਹੀਦਾ ਸੋ ਮੇਰੀ ਅਪੀਲ ਹੈ ਕਿ ਖੁਦਕੁਸ਼ੀਆਂ ਨੂੰ ਛੱਡ ਕੇ ਔਰ ਉਹਨਾਂ ਸਮੱਸਿਆ ਨਾਲ ਜੂਝਣ